ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ। ਆਈ ਹੋਪ ਸੋ ਤੁਸੀਂ ਸਭ ਵਧੀਆ ਹੋਵੋਗੇ। ਸਵਾਗਤ ਹੈ ਇੱਕ ਤੁਹਾਡਾ ਨਿਊ ਫਰੈਸ਼ ਵਲੌਗ ਦੇ ਵਿੱਚ। ਅੱਜ ਦਾ ਟੂਰ ਅਸੀਂ ਬਣਾਇਆ ਚੰਡੀਗੜ੍ਹ ਦਾ, ਮੈਂ ਰੁਦਰ ਅਤੇ ਮੇਰੇ ਮੰਮੀ ਜਾ ਰਹੇ ਨੇ, ਠੀਕ ਹੈ ਜੀ। ਅਤੇ ਜੋ ਵੀ ਡਿਟੇਲ ਹੋਊਗੀ ਤੁਹਾਨੂੰ ਰਸਤੇ ਦੇ ਵਿੱਚ ਮਿਲਦੀ ਰਹੂਗੀ, ਕਿਉਂਕਿ ਤਿੰਨ ਜਣੇ ਬੈਠਣਾ ਅਤੇ ਬਾਈਕ ਨੂੰ ਸੰਭਾਲਣਾ ਅਤੇ ਨਾਲ ਸ਼ੂਟ ਕਰਨਾ ਥੋੜ੍ਹਾ ਔਖਾ ਵਾ। ਅਤੇ ਚਲੋ ਜ਼ਿਆਦਾ ਦੇਰੀ ਨਾ ਕਰਦੇ ਹੋਏ ਕਰਦੇ ਹਾਂ ਵਲੌਗ ਨੂੰ ਕੰਟੀਨਿਊ। ਜਿਹੜੇ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਬੈਲ ਆਈਕਨ ਕਰ ਲਿਓ। ਆਪਦੇ ਬੈਸ ਰੁੱਧਰ ਰੈਡੀ, ਚਲੋ ਵੀ ਚੱਲੀਏ। ਚਾਬੀ ਚੱਕਤੀ, ਚਲੋ ਬਾਈ ਹੁਣ ਲੱਗੇ ਸਟਾਰਟ ਕਰਨ ਬਾਈਕ ਨੂੰ। ਚੱਲਿਆ ਮੰਮੀ ਆ ਰਹੇ ਨੇ ਨਾਲ ਤੇ ਰੁੱਤਰ। ਜਿੰਨੀ ਦੇਰ ਗੋਲ ਕਰਾਉਣੀ ਉਹਦਾ ਗਾਈ, ਉੱਨੀ ਦੇਰ ਦਾ ਆਪਾਂ ਨੂੰ ਇਹਦੇ ਨਾਲ ਕੰਮ ਚਲਾਉਣਾ ਪੈਣਾ। ਚਲੋ ਫਿਰ ਪ੍ਰੋਫਿਟ ਦਿੰਦੇ ਆ ਰਹੇ ਨਿਕਲ ਜੀਏ ਇੰਡਸਟਰੀ ਮੈਨੇਜਰ 'ਤੇ। ਉਦੋਂ ਤੱਕ ਤੁਸੀਂ ਕਰੋ ਇੰਜੋਏ ਦਿਨ। ਰਸਤੇ ਦੇ ਵਿੱਚ ਉਤਾਰ ਦਾਂਗੇ ਬੋਰਡਰ ਤੋਂ, ਪਰ ਮੈਨੂੰ ਨਹੀਂ ਪਤਾ ਯਾਰ ਚੰਡੀਗੜ੍ਹ ਦੇ ਵਿੱਚ ਮੋਟਰ ਵਲੌਗਸ ਕਰਨਾ ਲੀਗਲ ਆ ਕਿ ਇਲੀਗਲ ਆ। ਚਲੋ ਸਪੀਡ ਬ੍ਰੇਕ ਬੰਦ ਕਰ ਦਿੰਦੇ। ਮਾਂ ਕਿਤੇ ਸੋ ਗਿਆ ਪਿੱਛੇ ਨੂੰ, ਇੱਧਰ ਨੂੰ ਆ ਰਿਹਾ।
ਲੋਕ ਗਾਇਸ ਪਹੁੰਚ ਚੁੱਕੇ ਹਾਂ। ਉਤਰੀ ਬਾਹਰ ਆਏ ਹਾਂ ਗਾਇਸ ਪਾਣੀ ਪੀਣ। ਬਹੁਤ ਭੀੜ ਹੋ ਚੁੱਕੀ ਹੈ ਗਾਈਸ ਤੇ ਦਰਸ਼ਨ ਕਰ ਲਿਆ ਸੀ, ਲੰਗਰ ਵੀ ਛਕ ਲਿਆ। ਇਹ ਆ ਸਾਰਾ ਪਾਰਕਿੰਗ ਏਰੀਆ, ਇੱਧਰ ਆ ਲੰਗਰ ਹਾਲ ਤੇ ਉੱਧਰ ਖੜਾ ਆਪਣਾ ਟਾਈਗਰ। ਸੋ ਲੋ ਗਾਈਸ ਆ ਗਏ ਸੀਗੇ ਆਪਾਂ ਘਰੇ ਤੇ ਫਿਰ ਕਰਦੇ ਹਾਂ ਵਲੌਗ ਨੂੰ ਇੱਥੇ ਐਂਡ। ਜ਼ਿਆਦਾ ਤੁਹਾਨੂੰ ਪਤਾ ਸ਼ੂਟ ਯਾਰ ਕਰ ਨਹੀਂ ਸਕੇ ਤੇ ਬਾਕੀ ਸਾਰਾ ਕੁਛ ਤਾਂ ਤੁਹਾਨੂੰ ਦਿਖਾਇਆ ਹੋਇਆ ਸੀ। ਇੱਕ ਜਸਟ ਗਏ ਸੀਗੇ ਅਸੀਂ ਘੁੰਮਣ ਲਈ, ਫਿਰ ਤੋਂ ਦੁਬਾਰਾ ਤੇ ਰੁੱਦਰ ਦਾ ਫਸਟ ਟਾਈਮ ਸੀਗਾ ਹੋਮਲੈਂਡ ਦੇਖਣਾ ਤੇ ਬਾਕਰਪੁਰ ਮੱਥਾ ਟੇਕਣਾ। ਤੇ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਆਈ ਹੋਪ ਸੋ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਣਾ। ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ। ਜਿਹੜੇ ਚੈਨਲ 'ਤੇ ਨਵੇਂ ਨੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਬੈੱਲ ਆਈਕਨ ਨੂੰ ਕਰ ਲਿਓ ਆਲ ਦੇ ਪ੍ਰੈਸ। ਮਿਲਦੇ ਹਾਂ ਅੱਗੇ ਕਿਸੇ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਨਿਊ ਕੰਟੈਂਟ ਦੇ ਨਾਲ। ਥੈਂਕ ਯੂ ਸੋ ਮਚ ਫਾਰ ਵਾਚਿੰਗ, ਬਾਏ।